मैं आप सभी देशवासियों का, विशेष करके मेरी माताओं बहनों का आभार व्यक्त करता हूं। नौजवानों की ऊर्जा इसके साथ मार्गदर्शन करें। सर लोगों ਨੂੰ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਨੇ ਉਹ ਸਾਰਿਆਂ ਨੇ ਮੋਦੀ ਜੀ ਨੇ ਮਤਲਬ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੋਦੀ ਜੀ ਆਪ ਆ ਕੇ ਵਿੱਚ ਗੱਲ ਕਰ ਰਹੇ ਨੇ, ਸਾਰੀਆਂ ਯੋਜਨਾਵਾਂ ਬਾਰੇ ਦੱਸ ਰਹੇ ਨੇ ਕਿ ਜਿੰਨੀਆਂ ਵੀ ਆਮ ਆਦਮੀ ਨੂੰ ਮੁਸ਼ਕਲਾਂ ਨੇ, ਇੱਕ ਘਰ ਦੇ ਵਿੱਚ ਜਿਹੜੀ ਮੁਸ਼ਕਲ ਹੈ ਉਹਨੂੰ ਦੂਰ ਕਰਨ ਦੇ ਲਈ ਇਹ ਸਕੀਮਾਂ ਲਿਆਂਦੀਆਂ ਗਈਆਂ ਨੇ, ਛੋਟੀਆਂ ਛੋਟੀਆਂ ਸਕੀਮਾਂ ਜੋ ਹਰ ਵਿਅਕਤੀ ਨੂੰ ਲਾਭ ਮਿਲੇ ਉਹ ਅੱਜ ਦਿਖਾਇਆ ਗਿਆ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਵੱਖ ਵੱਖ ਮੁੱਦਿਆਂ ਦੇ ਪਾਰਟੀ ਸਕੀਮਾਂ ਗੱਲ ਕੀਤੀ ਹੈ ਅਤੇ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਇਆ ਹੈ? ਬਹੁਤ ਲੋਕਾਂ ਨੂੰ ਫਾਇਦਾ ਹੋਇਆ ਜੀ, ਕਰੋੜਾਂ ਲੋਕਾਂ ਨੂੰ ਫਾਇਦਾ ਹੋਇਆ, ਔਰ ਜਿਹੜੇ ਕੋਈ ਲੋਕ ਰਹਿ ਗਏ ਨੇ ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕੇ। ਉਹਦੇ ਲਈ ਇਹ ਜਿਹੜੀ ਮੋਦੀ ਦੀ ਗਰੰਟੀ ਵਾਲੀ ਜਿਹੜੀ ਗੱਡੀ ਹੈ ਇਹ ਚੱਲ ਰਹੀ ਹੈ ਵੀ ਕੋਈ ਰਵੇ ਨਾ ਇਹਨਾਂ, ਇਹ ਜੋ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਉਹ ਹਰ ਇੱਕ ਨੂੰ ਲਾਭ ਮਿਲਣਾ ਚਾਹੀਦਾ, ਹਰ ਭਾਰਤ ਵਾਸੀ ਨੂੰ ਉਹਦਾ ਜਿਹੜਾ ਉਹਦਾ ਹੱਕਦਾਰ ਹੈ ਉਹਨੂੰ ਲਾਭ ਮਿਲਣਾ ਚਾਹੀਦਾ। ਉਹਦੇ ਲਈ ਇਹ ਜਿਹੜੀ ਮੋਦੀ ਸਰਕਾਰ ਦੀ ਗਰੰਟੀ ਵਾਲੀ ਗੱਡੀ ਹੈ ਇਹ ਚੱਲ ਰਹੀ ਹੈ। ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਕਾਫੀ ਲੋਕ ਇੱਥੇ ਪਹੁੰਚੇ ਨੇ ਜੀ। ਬਹੁਤ ਅੱਛੀ ਗੱਲ ਹੈ, ਲੋਕਾਂ ਨੂੰ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਇਹ ਜਿਹੜੀ ਸਕੀਮ ਮੋਦੀ ਜੀ ਨੇ ਚਲਾਈ ਹੈ ਲੋਕ ਉਹਨਾਂ ਨੂੰ ਸੁਣ ਰਹੇ ਨੇ, ਸਮਝ ਰਹੇ ਨੇ। ਅੱਜ ਹਰ ਦੇ ਮਨ ਦੇ ਅੰਦਰ ਮੋਦੀ ਜੀ ਦੇ ਪ੍ਰਤੀ ਸਤਿਕਾਰ ਵਧਿਆ, ਔਰ ਲੋਕਾਂ ਦੇ ਮਨ 'ਚ ਹੈ ਅਗਰ ਕੋਈ ਰਾਜ ਕਰ ਸਕਦਾ, ਅਗਰ ਕੋਈ ਦੇਸ਼ ਚਲਾ ਸਕਦਾ, ਅਗਰ ਕੋਈ ਆਮ ਵਿਅਕਤੀ ਦੀ ਆਵਾਜ਼ ਨੂੰ ਸੁਣ ਸਕਦਾ, ਅਗਰ ਕੋਈ ਹਰ ਵਿਅਕਤੀ ਜੋ ਲੋੜਵੰਦ ਹੈ ਅਗਰ ਉਹਨੂੰ ਉਹਦੀ ਜ਼ਰੂਰਤ ਨੂੰ ਕੋਈ ਸਮਝ ਸਕਦਾ ਤਾਂ ਸਾਡਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ। ਹਾਂ, ਪੂਰੇ ਭਾਰਤ 'ਚ ਚਲਾਇਆ। ਸਾਰੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ, ਕਰੋੜਾਂ ਲੋਕਾਂ ਨੂੰ ਬੈਨੀਫਿਟ ਹੋ ਚੁੱਕਾ, ਔਰ ਜਿਹੜੇ ਰਹਿ ਗਏ ਨੇ ਉਹ ਇਹਦਾ ਬੈਨੀਫਿਟ ਲੈਣ, ਇਸ ਲਈ ਇਹ ਜਿਹੜੀ ਹੈ ਗੱਡੀ ਚਲਾਈ। ਮੋਦੀ ਜੀ ਨੇ ਆਪਣੇ ਕੋਈ ਮੁਸ਼ਕਲਾਂ ਵੀ ਸੁਣੀਆਂ ਸਰ? ਹਾਂ ਦੇਖੋ, ਤੁਹਾਡੇ ਸਾਹਮਣੇ ਕਈ ਲੋਕਾਂ ਨੇ ਦੱਸਿਆ ਸਰ, ਇੱਕ ਮੁਸ਼ਕਲ ਦਾ ਲੋਕ ਦੱਸ ਰਹੇ, ਤੁਸੀਂ ਕਹਿ ਰਹੇ ਵੀ ਸੈਂਟਰ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ, ਲੇਕਿਨ ਅੱਜ ਵੀ ਪੰਜਾਬ ਦੇ ਵਿੱਚ ਲੋਕਾਂ ਨੇ ਕਾਫੀ ਹਜ਼ਾਰਾਂ ਦੇ ਹਿਸਾਬ ਨਾਲ ਰਾਸ਼ਨ ਕਾਰਡ ਕੱਟੇ ਗਏ ਹੈ, ਉਹਨਾਂ ਨੂੰ ਅੱਜ ਵੀ ਰਾਸ਼ਨ ਨਹੀਂ ਮਿਲ ਰਿਹਾ, ਉਹ ਲੋਕ ਭੜਕ ਰਹੇ ਨੇ। ਦੇਖੋ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਨਾ, ਅੱਜ ਅਸੀਂ ਇਹ ਗਰੰਟੀਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਕੱਟੇ ਗਏ। ਅੱਜ ਮੈਂ ਕਿਸੇ ਇਸ ਲੋਕਲ ਮੁੱਦੇ 'ਤੇ ਨਹੀਂ ਮੈਂ ਗੱਲ ਕਰਨੀ ਚਾਹੁੰਦਾ ਕਿ ਕਿਸੇ ਨੂੰ ਅਸੀਂ ਕੁਛ ਦੋਸ਼ ਦੇਈਏ ਜਾਂ ਕਰੀਏ। ਸਾਡਾ ਮਕਸਦ ਸਿਰਫ ਇੰਨਾ ਹੈ ਕਿ ਇਸ ਇਹਨਾਂ ਸਕੀਮਾਂ ਤੋਂ ਕੋਈ ਵਾਂਝਾ ਨਾ ਰਹਿ ਜਾਏ, ਜਾਂ ਰਾਸ਼ਨ ਕਾਰਡ ਹੈ ਜਾਂ ਕੋਈ ਵੀ ਕਾਰਡ ਹੈ, ਮੋਦੀ ਜੀ ਆਪ ਬੋਲ ਰਹੇ ਸੀ, ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਇਹ ਫਾਰਮ ਭਰੇ ਜਾ ਰਹੇ ਨੇ, ਜਿਹਨਾਂ ਨੂੰ ਕੋਈ ਦਿੱਕਤ ਹੈ ਪ੍ਰਧਾਨ ਜੀ BJP ਆਫਿਸ 'ਚ ਆ ਕੇ ਗੱਲ ਕਰ ਸਕਦਾ, ਇਹ ਉੱਥੇ ਸਾਰੇ ਆਫਿਸ ਦੇ ਅੰਦਰ ਮੁਸ਼ਕਲਾਂ ਸੁਣੀਆਂ ਜਾਣਗੀਆਂ ਜਿਵੇਂ? ਹਾਂ ਹਾਂ, ਬਿਲਕੁਲ ਸੁਣੀਆਂ ਜਾਣਗੀਆਂ, ਬਿਲਕੁਲ। ਅਸੀਂ ਹਰ ਵਾਰਡ ਦੇ ਵਿੱਚ ਮੰਡਲ ਜਿੱਦਾਂ ਸਾਡੇ ਹੈਗੇ ਨੇ, ਸਾਡੀਆਂ ਮੀਟਿੰਗਾਂ ਹੋਣਗੀਆਂ, ਅਸੀਂ ਕੈਂਪ ਲਗਾਵਾਂਗੇ, ਔਰ ਜੋ ਲੋਕਾਂ ਦੀਆਂ ਮੁਸ਼ਕਲਾਂ ਚਾਹੇ ਰਾਸ਼ਨ ਕਾਰਡ ਦੀ ਹੈ ਚਾਹੇ ਕੋਈ ਵੀ ਹੈ, ਉਹ ਸਾਡੇ ਜਿਹੜੇ ਮੰਡਲ ਅਧਿਕਾਰੀ ਨੇ ਜਾਂ ਸਾਡੇ BJP ਦੇ ਪ੍ਰਭਾਵੀ ਅਧਿਕਾਰੀ ਨੇ ਉਹ ਸਾਰੇ ਸੁਣਨਗੇ, ਔਰ ਪ੍ਰਧਾਨ ਜੀ ਦੀ ਲੀਡਰਸ਼ਿਪ ਹੇਠ ਇਹਨਾਂ ਮੁਸ਼ਕਲਾਂ ਨੂੰ ਸਾਰਿਆਂ ਨੂੰ ਹੱਲ ਕੀਤਾ ਜਾਏ। ਵਿਕਸਿਤ ਯਾਤਰਾ ਇਹ ਜਿਹੜੀ ਅੱਜ ਲੁਧਿਆਣੇ ਦੇ ਵਿੱਚ ਵੀ ਚੱਲ ਰਹੀ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਮੋਦੀ ਜੀ ਦੀਆਂ ਸਕੀਮਸ ਨੂੰ ਲੈ ਕੇ, ਮੋਦੀ ਜੀ ਦੀਆਂ ਗਰੰਟੀਆਂ ਨੂੰ ਲੈ ਕੇ, ਜਿਹੜਾ ਮੋਦੀ ਜੀ ਨੇ ਵਾਅਦਾ ਨਹੀਂ ਸੀ ਕੀਤਾ, ਕਿਹਾ ਨਹੀਂ ਸੀ, ਪਰ ਉਹ ਜਨਤਾ ਨੂੰ ਕਿਹਾ ਸੀ ਕਿ ਅਸੀਂ ਸਾਰੇ ਭਾਰਤ ਦਾ ਵਿਕਾਸ ਕਰਨਾ, ਵਿਅਕਤੀ ਆਖਰੀ ਤੱਕ ਪਹੁੰਚ ਕਰਨੀ ਆ, ਉਹਨਾਂ ਨੂੰ ਲੈ ਕੇ ਕੌਸ਼ਲ ਵਿਕਾਸ ਯਾਤਰਾ ਕੱਢੀ ਜਾ ਰਹੀ ਆ। ਔਰ ਮਿੱਤਰੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਵੇਂ ਮੋਦੀ ਜੀ ਨੇ ਕਿਹਾ
ਬਈ 1 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਅੰਸ਼ੂਮਨ ਕਾਰਡ ਇਸ ਯਾਤਰਾ ਦੇ ਦਰਮਿਆਨ ਲੋਕਾਂ ਨੂੰ ਮੁਹੱਈਆ ਹੋਏ, ਜਿਹੜੇ ਇਸ ਯਾਤਰਾ ਦਾ ਲੋਕਾਂ ਨੇ ਫਾਇਦਾ ਲਿਆ, ਔਰ 4.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਜਵਲ ਯੋਜਨਾ ਦਾ ਇਹਦੇ ਵਿੱਚ ਫਾਰਮ ਭਰ ਕੇ ਲੋਕਾਂ ਨੇ ਫਾਇਦਾ ਲਿਆ। ਇਹ ਯਾਤਰਾ ਲੋਕਾਂ ਦੇ ਦਰ ਦਰ ਤੱਕ ਪਹੁੰਚ ਕੇ ਮੋਦੀ ਜੀ ਦੀਆਂ ਸਕੀਮਾਂ ਨੂੰ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਆ, ਤਾਂ ਜੋ ਕੋਈ ਵੀ ਭਾਰਤ ਦਾ ਸਾਡਾ ਵਾਸੀ ਆ, ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਖੇਤਰ ਨਾਲ ਸੰਬੰਧ ਰੱਖਦਾ, ਉਹਨੂੰ ਉਹ ਸਕੀਮਸ ਦਾ ਫਾਇਦਾ ਮਿਲ ਸਕੇ ਔਰ ਸਾਡਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣ ਕੇ ਉੱਭਰ ਸਕੇ। ਸਰ, ਤੁਹਾਡੇ ਤੱਕ ਲੋਕ ਜਿਹੜੇ ਲੁਧਿਆਣਾ ਵਾਸੀ ਆ, ਕਿਹੜੀ ਮੁਸ਼ਕਲਾਂ ਲੈ ਕੇ ਆ ਰਹੇ ਆ? ਦੇਖੋ, ਬਹੁਤ ਸਾਰੀਆਂ ਮੁਸ਼ਕਲਾਂ ਨੇ, ਬੜੀਆਂ ਲੋਕਲ ਮੁਸ਼ਕਲਾਂ ਨੇ, ਲੋਕਲ ਸਰਕਾਰ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਲੈ ਕੇ, ਕਿਉਂਕਿ ਲੋਕ ਬੜੇ ਦੁਖੀ ਪਰੇਸ਼ਾਨ ਨੇ। ਜਿਹੜੀ ਸਰਕਾਰ ਨੇ, ਲੋਕਲ ਸਰਕਾਰ ਨੇ ਵਾਅਦੇ ਕੀਤੇ ਸੀ, ਉਹਨਾਂ 'ਚੋਂ ਕੋਈ ਪੂਰਾ ਨਹੀਂ ਹੋਇਆ। ਔਰ ਦੂਸਰੇ ਪਾਸੇ ਮੋਦੀ ਜੀ ਦੀ ਸਰਕਾਰ ਹੈ ਕਿ ਉਹਦੇ ਵਿੱਚ ਜੋ 2014 ਦਾ ਮੈਨੀਫੈਸਟੋ ਸੀ, ਅੱਜ ਮਿੱਤਰੋ ਇੱਕ ਵੀ ਐਸਾ ਮੈਨੀਫੈਸਟੋ 'ਚ ਕੀਤਾ ਹੋਇਆ ਵਾਅਦਾ ਬਾਕੀ ਨਹੀਂ ਜਿਹੜਾ ਰਹਿ ਗਿਆ ਹੋਵੇ ਔਰ ਮੋਦੀ ਸਰਕਾਰ ਦਾ ਪੂਰਾ ਨਾ ਹੋਇਆ ਹੋਵੇ। ਅੱਜ ਤੋਂ 10 ਸਾਲ ਜਦੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਔਰ ਮੋਦੀ ਜੀ ਨੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ ਔਰ ਬਹੁਤ ਸਾਰੇ ਗਰੰਟੀਆਂ ਵੀ ਦਿੱਤੀਆਂ ਸੀ ਵੀ ਜਿਹੜੀਆਂ ਭਾਰਤੀ ਜਨਤਾ ਪਾਰਟੀ ਆਏਗੀ ਅਤੇ ਲੋਕਾਂ ਦੇ ਜਿਹੜੇ ਕੰਮ ਸੀ, ਰੁਕੇ ਹੋਏ ਕੰਮ ਸੀ, ਉਹ ਪੂਰੇ ਹੋਣਗੇ। ਔਰ ਅੱਜ ਤੁਸੀਂ ਦੇਖਿਆ ਹੁਣ ਕਰੋੜ ਦੇ ਹਿਸਾਬ ਦੇ ਨਾਲ ਲੋਕਾਂ ਨੇ ਜਿਹੜਾ ਵੀ ਮੋਦੀ ਜੀ ਦੀਆਂ ਸਕੀਮਾਂ ਜਿਹੜੀਆਂ ਆਈਆਂ ਉਹਦਾ ਫਾਇਦਾ ਚੁੱਕਿਆ ਔਰ ਜਿਹੜੇ ਲੋਕ ਰਹਿ ਗਏ ਔਰ ਅੱਜ ਵੀ ਮੋਦੀ ਜੀ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਵਾਸਤੇ ਗੱਡੀ ਭੇਜ ਕੇ, ਵੈਨ ਭੇਜ ਕੇ ਜਿਹੜਾ ਵੀ ਘਰ ਘਰ ਦੇ ਵਿੱਚ, ਗਲੀ ਗਲੀ ਦੇ ਵਿੱਚ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਵੀ ਆਓ, ਜਿਹੜੇ ਲੋਕ ਕੋਈ ਫਾਇਦਾ ਨਹੀਂ ਚੁੱਕ ਸਕੇ ਮੋਦੀ ਜੀ ਦੀਆਂ ਸਕੀਮਾਂ ਦਾ, ਸੈਂਟਰ ਸਰਕਾਰ ਦੀਆਂ ਸਕੀਮਾਂ ਦਾ, ਵੀ ਉਹ ਫਾਇਦਾ ਚੁੱਕੋ। ਔਰ ਅਸੀਂ ਧੰਨਵਾਦ ਕਰਦੇ ਹਾਂ ਨਰਿੰਦਰ ਮੋਦੀ ਜੀ ਦਾ, ਜਿਹਨਾਂ ਨੇ ਮੋਦੀ ਸਾਹਿਬ ਦੀ ਜਿਹੜੀ ਗਰੰਟੀਆਂ ਸੀ ਉਹ ਜਿਹੜੇ ਲੋਕਾਂ ਨੇ ਨਹੀਂ ਅਜੇ ਕੋਈ ਫਾਇਦਾ ਚੁੱਕਿਆ, ਉਹ ਫਾਇਦਾ ਚੁੱਕੋ। ਬਿਲਕੁਲ ਜਾਗਰੂਕਤਾ ਜੀ, ਅੱਜ ਤੁਸੀਂ ਦੇਖਿਆ ਹੋਣਾ ਜਾਗਰੂਕਤਾ ਕਿੰਨੀ ਆਈ ਹੈ ਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੇ ਅਜੇ ਮੋਦੀ ਸਰਕਾਰ ਦੇ ਜਿਹੜੀ ਵੈਨ ਆਈ ਹੈ ਉਹਨੂੰ ਸੁਣਿਆ। ਅਸੀਂ